ਮੌਜੂਦਾ ਹਾਕਮਾਂ ਨੂੰ ਪਿੱਛੇ ਵੱਲ ਝਾਤ ਮਾਰਨੀ ਚਾਹੀਦੀ ਹੈ। ਜਿਹੜੇ ਕਹਿੰਦੇ ਸੀ ਅਸੀਂ 25 ਸਾਲ ਰਾਜ ਕਰਾਂਗੇ, ਸਾਡੇ ਬਿਨਾਂ ਪੱਤਾ ਨਹੀਂ ਹਿਲਦਾ ਪੰਜਾਬ ਦਾ, ਸਾਨੂੰ ਕੀੜੀ ਤੁਰੀ ਜਾਂਦੀ ਦਿਸਦੀ ਆ, ਉਹ ਅੱਜ ਘਰੇ ਬਿਠਾਤੇ। ਰਾਜ ਘਰਾਣੇ ਵਾਲੇ ਕੈਪਟਨ ਅਮਰਿੰਦਰ ਸਿੰਘ ਵਰਗੇ ਉਹ ਘਰੇ ਬਿਠਾਤੇ ਲੋਕਾਂ ਨੂੰ, ਜਮਾਨਦਾਰ ਜ਼ਬਤ ਕਰਿਆ, ਫਿਰ ਉਹ ਚੰਨੀ ਵਰਗੇ ਦੋ ਦੋ ਥਾਵਾਂ ਤੋਂ ਖੜ ਗਏ। ਹੁਣ ਚੌਥਾ ਮੁੱਖ ਮੰਤਰੀ ਉਸੇ ਖੂਹ 'ਚ ਡਿੱਗਣ ਜਾ ਰਿਹਾ ਹੈ। ਪਿਛਲੀ ਸਰਕਾਰ ਵੀ ਡਿੱਗੀ ਆ, ਹੁਣ ਤੁਸੀਂ ਡਿੱਗਣ ਦੀ ਕੋਸ਼ਿਸ਼ ਨਾ ਕਰਿਓ, ਜਿਹੜੀ ਸਲਾਹ ਤੁਸੀਂ ਹੁਣ ਆਮ ਆਦਮੀ ਪਾਰਟੀ ਨੂੰ ਦੇ ਰਹੇ ਹੋ। ਜਦੋਂ ਤੱਕ ਅਸੀਂ ਕਿਸੇ ਪੰਜਾਬ ਦੇ ਪੁੱਤ ਨੂੰ ਪੰਜਾਬ ਦੀ ਵਾਗਡੋਰ ਨਹੀਂ ਦੇਵਾਂਗੇ, ਕੋਈ ਪੰਜਾਬ ਦਾ ਪੁੱਤ ਚਾਹੇ ਇੱਕ ਹੀ ਹੋਵੇ। ਪੰਜਾਬ ਦੇ ਪੁੱਤ ਨੂੰ ਤਾਂ ਲੋਕ ਕਹਿੰਦੇ ਦਿੱਤੀ ਸੀ ਵਾਗਡੋਰ, ਇਹ ਨਹੀਂ ਨਾ ਪੰਜਾਬ ਦੇ ਪੁੱਤ। ਤੁਹਾਡਾ ਤਜਰਬਾ ਕੀ ਕਹਿੰਦਾ ਰਾਜਨੀਤਿਕ ਨੇਤਾ ਹੋਣ ਦੇ ਜਿਹੜੇ ਨਾਤੇ, ਕਿ ਕੀ ਇਨਸਾਫ ਦਿੱਤਾ ਨਹੀਂ ਸੀ ਜਾ ਸਕਦਾ, ਕਿਉਂ ਨਹੀਂ ਦਿੱਤਾ ਗਿਆ, ਕਾਰਨ ਕੀ ਰਹਿੰਦਾ ਉਹਦੇ ਵਿੱਚ? ਕਿ ਜੇ ਤੁਸੀਂ ਇਸ ਭੁਲੇਖੇ 'ਚੋਂ ਸਿੱਖੋ ਕਿ ਅਸੀਂ ਇਨਸਾਫ਼ ਨਹੀਂ ਹੋ ਰਿਹਾ, ਇਨਸਾਫ਼ ਤਾਂ ਹੋ ਰਿਹਾ। ਤਾਕਤਵਰ ਲੋਕ ਜਿਹੜੇ ਕਹਿੰਦੇ ਸੀ ਸਾਡੇ ਬਿਨਾਂ ਪੰਜਾਬ 'ਚ ਕੁਛ ਵੀ ਨਹੀਂ ਹਿਲਦਾ, ਉਹ ਤਾਕਤਵਰ ਲੋਕ ਘਰੇ ਕਿਉਂ ਬੈਠੇ? ਆਮ ਆਦਮੀ ਪਾਰਟੀ ਦਾ ਵੀ ਸਪੀਕਰ ਸਿੱਖ ਹੈ ਨਾ, ਉਹ ਇੱਥੇ ਆ ਕੇ ਗੁਰੂ ਸਾਹਿਬ ਦੀ ਹਜ਼ੂਰੀ 'ਚ ਵਾਅਦਾ ਕਰ ਜਾਂਦਾ, ਅਤੇ ਰੌਲਾ ਕੀਦਾ ਪਿਆ? ਸਰਕਾਰ ਨੂੰ ਤਾਂ ਨਹੀਂ ਕੋਈ ਕੋਸ ਰਿਹਾ, ਕੋਸ ਰਹੇ ਹਾਂ ਕਿ ਕਰਤਾਰ ਸਿੰਘ ਸੰਧਵਾਂ ਸਿੱਖ ਆ, ਉਹ ਆ ਕੇ ਵਾਅਦਾ ਕਰਕੇ ਗਿਆ ਡੇਢ ਮਹੀਨੇ ਦਾ, ਅਤੇ ਉਹ ਖਰਾ ਨਹੀਂ ਉਤਰਿਆ, ਕਿਰਦਾਰ ਕਿਹਦਾ ਖਰਾਬ ਹੋਇਆ ਸਿੱਖਾਂ ਦਾ? ਅਲੱਗ ਅਲੱਗ ਥਾਂ 'ਤੇ ਕਈ ਮੋਰਚੇ ਲਾ ਕੇ ਬੈਠੀ ਹੈ, ਅਤੇ ਅੱਜ ਇਸ ਥਾਂ 'ਤੇ ਉੱਤੇ ਇਕੱਠ ਕਿਉਂ ਨਹੀਂ, ਇਹ ਮੋਰਚੇ ਇਕੱਠੇ ਕਿਉਂ ਨਹੀਂ ਹੁੰਦੇ ਸਾਰੇ? ਕੋਈ ਬੇਅਦਬੀ ਇਨਸਾਫ ਦਾ ਮੋਰਚਾ ਇੱਥੇ ਚੱਲਦਾ, ਕੋਈ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਕਿਤੇ ਚੱਲਦਾ, ਕਿਤੇ ਸਿਗਨੇਚਰ ਮਹਿਮਾ ਚੱਲ ਰਹੀ ਹੈ, ਕਿਤੇ ਕਿਸੇ ਤਰ੍ਹਾਂ ਦਾ ਕੋਈ ਹੋਰ ਮੋਰਚਾ ਲਾ ਕੇ ਬੈਠਾ? ਜੇ ਬੇਅਦਬੀ ਇਨਸਾਫ ਦਾ ਸਿੱਖਾਂ ਨੂੰ ਦੁੱਖ ਹੋਵੇ ਤਾਂ ਇੱਥੇ ਵੱਡਾ ਇਕੱਠ ਕਿਉਂ ਨਾ ਹੋਵੇ? ਇਹ ਕਮੀ ਕਿਉਂ ਆ ਸਿੱਖਾਂ? ਇਹੀ ਤਰਾਸਦੀ ਆ ਸਾਡੀ, ਇਹੀ ਤਰਾਸਦੀ ਹੈ ਕਿ ਅਸੀਂ ਆਪਦੇ ਗੁਰੂ ਦੀ ਖਾਤਰ ਨਹੀਂ ਇਕੱਠੇ ਹੋ ਸਕਦੇ। ਤਾਂ ਚਾਰ ਘਰ ਢਾਏ ਸਿੱਖਾਂ ਦੇ ਇੱਕ ਥਾਂ ਦੇ ਉੱਤੇ, ਉੱਥੇ ਕਿਸੇ ਨੇ ਹਾਦਾ ਨਾਰਾ ਨਹੀਂ ਜਾ ਕੇ ਮਾਰੇ? ਬਾਦਵਾਂ ਲਈਆਂ ਤੁਸੀਂ ਦੇਖੋ, ਮਨ ਪਸੀਜਿਆ ਜਾਂਦਾ ਉਹਨਾਂ ਨਿੱਕੇ ਨਿੱਕੇ ਬੱਚਿਆਂ ਨੂੰ। ਇੱਕ ਬੱਚੀ ਆਪਦੀ ਮਾਂ ਦੇ ਗੱਲ ਲੱਗ ਕੇ ਰੋ ਰਹੀ ਹੈ, ਤੇ ਉਹਦਾ ਵੀਡੀਓ ਦੇਖ ਕੇ ਜੇ ਤੁਹਾਡੇ ਅੱਖਾਂ 'ਚ ਅੱਥਰੂ ਨਹੀਂ ਆਏ, ਤੁਹਾਡਾ ਮਨ ਨਹੀਂ ਭਰਦਾ, ਤਾਂ ਮਤਲਬ ਤੁਸੀਂ ਇਨਸਾਨ ਨਹੀਂ ਹੈਗੇ। ਕੈਪਟਨ ਅਮਰਿੰਦਰ ਸਿੰਘ ਦੀਆਂ ਫਾਈਲਾਂ ਉਹਦੇ ਪੁੱਤ ਦੀਆਂ, ਉਹਦੀ ਵਾਈਫ ਦੀਆਂ, ਈਡੀ ਕੋਲ, ਸੀਬੀਆਈ ਕੋਲ। ਸੀਬੀਆਈ ਈਡੀ ਕਿਹਦੀ ਆ? ਭਾਜਪਾ ਦੀ, ਆਰਐਸਐਸ ਦੀ। ਤੇ ਫਿਰ ਉਹ ਆਰਐਸਐਸ ਤੋਂ ਬਾਹਰ ਕਿਵੇਂ ਹੋਇਆ? ਅੱਜ ਕੈਪਟਨ ਅਮਰਿੰਦਰ ਸਿੰਘ ਕਿਹਦੀ ਗੋਦੀ 'ਚ ਬੈਠਾ ਜਾ ਕੇ? ਆਰਐਸਐਸ ਦੀ। ਛੋਟੇ ਹੁੰਦੇ ਤੋਂ ਜਿਹੜੀ ਸੋਚ ਡਿਵੈਲਪ ਹੁੰਦੀ ਆ, ਅਸੀਂ ਇੱਕ ਇੱਕ ਟਾਰਗੇਟ ਬਣਾ ਲੈਂਦੇ ਵੀ ਇਹਦੀ ਉਹ ਜਿਹੜੀ ਕਸੂਰ ਆ, ਜੇ ਮੇਰੇ ਨਾਲ ਕੁਛ ਹੋਇਆ ਤਾਂ ਇਹਨੇ ਕੀਤਾ। ਤਾਂ ਆਰਐਸਐਸ ਜੀ ਉਹ ਤਾਂ ਨਹੀਂ ਬਣਾ ਲਈ ਕਿ ਜੇ ਕੁਛ ਵੀ ਹੋ ਗਿਆ ਦੋਸ਼ ਆਰਐਸਐਸ ਨੂੰ ਹੀ ਦੇਣਾ? ਜਾਂ ਸਿੱਖਾਂ ਦੇ ਦਿਮਾਗ ਕਿੱਥੇ ਗਏ? ਹੁਣ ਤੁਸੀਂ ਤਾਂ ਰਾਜਨੀਤੀ ਤਾਂ ਕਰਨੀ ਹੋ, ਅੱਗੇ ਕਰਨੀ ਹੈ ਜਾਂ ਨਹੀਂ? ਹਾਂ ਕਰਨੀ, ਕਰ ਹੀ ਰਹੇ। ਕਿੱਧਰ ਦਾ ਰੁੱਖ ਹੈ ਫਿਰ ਅੱਗੇ? ਬਾਬੇ ਨਾਨਕ ਵਾਲੀ ਪਾਰਟੀ ਆ ਸਾਡੀ ਪਾਰਟੀ, ਗੁਰੂ ਨਾਨਕ ਪਾਤਸ਼ਾਹ। ਬਾਬੇ ਨਾਨਕ ਵਾਲੀ ਅਕਾਲੀ ਵੀ ਕਹਿੰਦੇ ਤੇਰਾ ਤੇਰਾ ਤੱਕੜੀ ਹੈ ਸਾਡਾ, ਉਹ ਤਾਂ ਨਹੀਂ ਕਿਤੇ? ਉਹ ਤਾਂ ਸਾਹਮਣੇ ਆ ਗਈ ਨਾ, ਉਹਨਾਂ ਦੇ ਰਾਜ 'ਚ ਤਾਂ ਬੇਅਦਬੀ ਹੋਈ ਆ। ਬਾਬੇ ਨਾਨਕ ਵਾਲੀ ਪਾਰਟੀ 'ਚ ਸਿਰ ਦੇਣੇ ਪੈਂਦੇ ਆ ਫਿਰ, ਤਿਆਰੀ ਹੈ ਤੁਹਾਡੀ? ਪਰਵਾਹ ਨਾ ਹੀ ਕਿਸੇ ਕੇਰੀ ਬਾਜ਼ ਸੱਚੇ ਨਾ, ਇੱਕ ਉਹਦੀ ਪਰਵਾਹ ਹੈ, ਸਿਰ ਲੈ ਲਵੇ ਤਾਂ ਉਦੋਂ ਹੋਰ ਚਾਹੀਦਾ ਕੀ ਆ? ਸ਼ੁਕਰ ਮਨਾਵਾਂਗੇ ਕਿ ਸਾਨੂੰ ਚੁਣਿਆ ਸੱਚੇ ਪਾਤਸ਼ਾਹ ਨੇ ਸਿਰ ਲੈਣ ਲਈ। ਸਤਿ ਸ਼੍ਰੀ ਅਕਾਲ, ਪੰਜਾਬੀ ਲੋਕ ਚੈਨਲ ਦੇਖ ਰਹੇ ਹੋ, ਮੈਂ ਸਤਨਾਮ ਸਿੰਘ ਹਾਂ। ਬਹਿਬਲ ਕਲਾਂ ਵਿਖੇ ਮੋਰਚਾ ਲੱਗਿਆ ਹੋਇਆ ਬੇਅਦਬੀ ਇਨਸਾਫ ਦਾ, ਹਰ ਕੋਈ ਜੋ ਸਿੱਖ ਦਰਦ ਰੱਖਦਾ ਗੁਰੂ ਸਾਹਿਬ ਦੇ ਦੀ ਬੇਅਦਬੀ ਦਾ, ਉਹ ਹਰ ਸਿੱਖ ਇੱਥੇ ਪਹੁੰਚਿਆ ਆਪਣੀ ਹਾਜ਼ਰੀ ਲਗਵਾਉਣ ਦੇ ਲਈ। ਸੋ ਉਹਨਾਂ ਸਿੱਖਾਂ ਦੇ ਵਿੱਚੋਂ ਕਮਲਜੀਤ ਬਰਾੜ ਵੀ ਪਹੁੰਚੇ ਨੇ, ਪਹਿਲਾਂ ਵੀ ਭਾਵੇਂ ਰਾਜਨੀਤਿਕ ਲੀਡਰ ਰਹਿੰਦੇ ਨੇ ਪਰ ਫਿਰ ਵੀ ਆਮ ਸਿੱਖ ਦੇ ਵਜੋਂ ਹਾਜ਼ਰੀ ਲਵਾਉਂਦੇ ਰਹੇ, ਜਿਹਦਾ ਜਿਹੜਾ ਖਮਿਆਜ਼ਾ ਵੀ ਭੁਗਤਣਾ ਪਿਆ। ਗੱਲਬਾਤ ਕਰਦੇ ਹਾਂ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। 7 ਸਾਲ ਹੋ ਗਏ ਜੀ ਬੇਅਦਬੀ ਹੋਈ ਨੂੰ, ਸਰਕਾਰ ਮੌਕੇ ਦੀ ਜਿਹੜੀ ਹੈਗੀ ਹੈ ਉਹ ਸਮਾਂ ਦਿੰਦੀ ਆ, ਸਮਾਂ ਵੀ ਸਮਾਪਤ ਹੋ ਜਾਂਦਾ, ਫਿਰ ਇੱਕ ਦਿਨ ਅੱਜ ਇਕੱਠ ਕਰਨਾ ਪੈਂਦਾ, ਕਿਵੇਂ ਦੇਖਦੇ ਹੋ ਸਾਰਾ ਵਰਤਾਰਾ? ਦੁਖਦਾਈ ਗੱਲ ਹੈ ਕਿ ਰਾਜ ਭਾਗ ਕਰਨ ਵਾਲੀ ਕੌਮ ਸੜਕਾਂ 'ਤੇ ਇਨਸਾਫ ਲਈ ਰੁੜਦੀ ਫਿਰਦੀ ਹੈ, ਇਸ ਤੋਂ ਵੱਡੀ ਦੁਖਦਾਈ ਗੱਲ ਕੀ ਹੋ ਸਕਦੀ? ਔਰ ਉਹ ਵੀ ਅਸੀਂ ਆਪਦੇ ਗੁਰੂ ਸਾਹਿਬ ਦੀ ਬੇਅਦਬੀ ਦਾ ਇਨਸਾਫ ਲੈਣ ਲਈ। ਹਾਕਮਾਂ ਨੂੰ, ਮੌਜੂਦਾ ਹਾਕਮਾਂ ਨੂੰ ਪਿੱਛੇ ਵੱਲ ਝਾਤ ਮਾਰਨੀ ਚਾਹੀਦੀ ਹੈ, ਜਿਹੜੇ ਕਹਿੰਦੇ ਸੀ ਅਸੀਂ 25 ਸਾਲ ਰਾਜ ਕਰਾਂਗੇ, ਸਾਡੇ ਬਿਨਾਂ ਪੱਤਾ ਨਹੀਂ ਹਿਲਦਾ ਪੰਜਾਬ ਦਾ, ਸਾਨੂੰ ਕੀੜੀ ਤੁਰੀ ਜਾਂਦੀ ਦਿਸਦੀ ਆ, ਉਹ ਅੱਜ ਘਰੇ ਬਿਠਾਤੇ ਲੋਕਾਂ ਨੇ। ਫਿਰ ਉਸ ਤੋਂ ਬਾਅਦ ਉਹਨਾਂ ਨੂੰ ਬਚਾਉਣ ਵਾਲੇ ਰਾਜ ਘਰਾਣੇ ਵਾਲੇ ਕੈਪਟਨ ਅਮਰਿੰਦਰ ਸਿੰਘ ਵਰਗੇ ਉਹ ਘਰੇ ਬਿਠਾਤੇ ਲੋਕਾਂ ਨੂੰ, ਜਮਾਨਦਾਰ ਜ਼ਬਤ ਕਰਾਤੇ, ਫਿਰ ਉਹ ਚੰਨੀ ਵਰਗੇ ਦੋ ਦੋ ਥਾਵਾਂ ਤੋਂ ਖੜ ਗਏ। ਹੁਣ ਚੌਥਾ ਮੁੱਖ ਮੰਤਰੀ ਉਸੇ ਖੂਹ 'ਚ ਡਿੱਗਣ ਜਾ ਰਿਹਾ ਹੈ। ਇਹਨੂੰ ਸਬਕ ਲੈਣਾ ਚਾਹੀਦਾ ਪਿਛੋਕੜ ਵੱਲ ਝਾਤ ਮਾਰ ਕੇ ਵੀ, ਜਿਹੜੇ ਗੁਰੂ ਨਾਲ ਨਹੀਂ ਖੜੇ ਉਹਨਾਂ ਦਾ ਕੀ ਹਸ਼ਰ ਹੋਇਆ, ਅਤੇ ਇਹਦਾ ਵੀ ਉਹੀ ਹਸ਼ਰ ਹੋਣਾ। ਜੇ ਤੁਹਾਡਾ ਰਾਜ ਸੀ ਉਦੋਂ ਵੀ ਇਹ ਸਮਝਾਉਣ ਦਾ ਯਤਨ ਕੀਤਾ ਸੀ ਮੁੱਖ ਮੰਤਰੀ ਸਾਹਿਬ ਨੂੰ ਕਿ ਇਸੇ ਖੂਹ ਵਿੱਚ ਜਿਹੜੇ ਪਿਛਲੀ ਸਰਕਾਰ ਵੀ ਡਿੱਗੀ ਆ, ਹੁਣ ਤੁਸੀਂ
ਡਿੱਗਣ ਦੀ ਕੋਸ਼ਿਸ਼ ਨਾ ਕਰਿਓ ਜਿਹੜੀ ਸਲਾਹ ਤੁਸੀਂ ਹੁਣ ਆਮ ਆਦਮੀ ਪਾਰਟੀ ਨੂੰ ਦੇ ਰਹੇ ਹੋ ਆਪਣੇ ਮੁੱਖ ਮੰਤਰੀ ਨੂੰ ਦਿੱਤੀ ਸੀ 15 ਵਾਰ ਕੈਪਟਨ ਅਮਰਿੰਦਰ ਸਿੰਘ ਨੂੰ ਕਮਲਜੀਤ ਸਿੰਘ ਮਰਾੜ ਮਿਲਿਆ ਹੈ 15 ਚੋਂ 13 ਵਾਰ ਮੇਰੀ ਗੱਲ ਹੋਈ ਹੈ 2 ਵਾਰ ਜਿਵੇਂ ਆਪਾਂ ਸਮਾਗਮਾਂ 'ਚ ਮਿਲਦੇ ਹਾਂ ਨਾ ਵੱਡੇ ਇਕੱਠਾਂ 'ਚ ਅਤੇ ਉੱਥੇ ਸਤਿ ਸ਼੍ਰੀ ਅਕਾਲ ਹੀ ਹੁੰਦੀ ਆ 2 ਵਾਰ ਮੇਰੀ ਗੱਲ ਨਹੀਂ ਹੋਈ 13 ਵਾਰ ਮੈਂ ਕੈਪਟਨ ਅਮਰਿੰਦਰ ਸਿੰਘ ਨੂੰ ਆਖਰੀ ਵਾਰ ਉਦੋਂ ਕਿਹਾ ਜਦੋਂ ਸਰਦਾਰ ਲਾਲ ਸਿੰਘ ਮੰਡੀ ਬੋਰਡ ਦੇ ਚੇਅਰਮੈਨ ਬਣੇ ਆ ਉਸ ਤਾਜਪੋਸ਼ੀ ਵਾਲੇ ਦਿਨ ਉੱਥੇ ਇਕੱਠੇ ਹੋਏ ਮੰਡੀ ਬੋਰਡ ਦੇ ਦਫ਼ਤਰ ਮੈਨੂੰ ਉਦੋਂ ਕਿਹਾ ਕਿ ਬੇਟਾ ਬਹੁਤ ਚੰਗੀ ਤਰ੍ਹਾਂ ਲੱਗੇ ਹੋਏ ਆ ਮੈਂ ਕਿਹਾ ਚਲੋ ਜੀ ਧੰਨਵਾਦ ਜੇ ਲੱਗੇ ਹੋ ਤਾਂ ਮੇਰਾ ਜਿਹੜਾ ਫਰਜ਼ ਬਣਦਾ ਸੀ ਮੈਂ ਉਹ ਨਿਭਾਇਆ ਉਸ ਤੋਂ ਬਾਅਦ 2018 ਦੇ ਵਿੱਚ ਮੋਰਚਾ ਵੀ ਲੱਗਦਾ ਬਰਗਾੜੀ ਦੇ ਵਿੱਚ ਉਦੋਂ ਵੀ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਸੀ ਸਰਕਾਰ ਕਾਂਗਰਸ ਦੀ ਸੀ ਕਮਲਜੀਤ ਸਿੰਘ ਬਰਾੜ ਲੰਬੀ ਰੈਲੀ ਨਹੀਂ ਸੀ ਗਿਆ ਉਦੋਂ ਸਾਰੀ ਕਾਂਗਰਸ ਸਾਰਾ ਪੰਜਾਬ ਦਾ ਕਾਂਗਰਸ ਦਾ ਹਰੇਕ ਲੀਡਰ ਬੱਚਾ ਬੱਚਾ ਲੰਬੀ ਗਿਆ ਸੀ ਅਸੀਂ ਉਦੋਂ ਗੁਰੂ ਦੇ ਸੇਵਾਦਾਰ ਸੇਵਕ ਬਣ ਕੇ ਆਪਦੀ ਸਰਕਾਰ ਦੇ ਖਿਲਾਫ ਜਿਹੜੀ ਬਰਾੜ ਆਪਦੀ ਸਰਕਾਰ ਦੇ ਜਿਹੜੀ ਦੁਨਿਆਵੀ ਸਰਕਾਰ ਮੈਂ ਕਹਿੰਦਾ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਦੇ ਖਿਲਾਫ ਬਰਗਾੜੀ ਦੀ ਧਰਤੀ ਤੋਂ ਬੋਲ ਕੇ ਗਿਆ ਸੀ ਕਿ ਅਸੀਂ ਇਨਸਾਫ ਲੈਣਾ ਜਾਣਦੇ ਹਾਂ ਇਨਸਾਫ ਦੇ ਦਿਓ ਗੁਰੂ ਸਾਡਾ ਇਨਸਾਫ ਲੈ ਲੂਗਾ ਕਿ ਇਹ ਵਡਿਆਈਆਂ ਹੀ ਆ ਗੁਰੂ ਦੀਆਂ ਜੇ ਲੈ ਸਕਦੇ ਹੋ ਤਾਂ ਲੈ ਲਓ ਬਰਗਾੜੀ ਦੀ ਧਰਤੀ ਤੋਂ ਬੋਲ ਕੇ ਗਿਆ ਸੀ ਕਿ ਅਸੀਂ ਇਨਸਾਫ ਲੈਣਾ ਜਾਣਦੇ ਹਾਂ ਇਨਸਾਫ ਦੇ ਦਿਓ ਗੁਰੂ ਸਾਡਾ ਇਨਸਾਫ ਲੈ ਲੂਗਾ ਕਿ ਇਹ ਵਡਿਆਈਆਂ ਹੀ ਆ ਗੁਰੂ ਦੀਆਂ ਜੇ ਲੈ ਸਕਦੇ ਹੋ ਤਾਂ ਲੈ ਲਓ ਆਪਾਂ ਤਾਂ ਉਦੋਂ ਵੀ ਆਏ ਹਾਂ ਰਾਜਨੀਤਿਕ ਲੀਡਰ ਹੋ ਤੁਸੀਂ ਤਾਂ ਰਾਜਨੀਤੀ ਜਿਹੜੀ ਹੈਗੀ ਆ ਹਰ ਚੀਜ਼ ਨੂੰ ਆਪਣੇ ਫਾਇਦੇ ਲਈ ਵਰਤਦੀ ਆ ਦੋ ਸਰਕਾਰਾਂ ਜਿਹੜੀਆਂ ਪਹਿਲਾਂ ਲੰਘੀਆਂ ਹੁਣ ਤੀਜੀ ਆਈ ਜਿਹਦੇ ਵਿੱਚ ਤੁਹਾਡੀ ਵੀ ਇੱਕ ਸਰਕਾਰ ਰਹਿੰਦੀ ਤੁਹਾਡਾ ਤਜਰਬਾ ਕੀ ਕਹਿੰਦਾ ਰਾਜਨੀਤਿਕ ਨੇਤਾ ਹੁਣ ਦੇ ਜਿਹੜੇ ਨਾਤੇ ਕਿ ਕੀ ਇਨਸਾਫ ਦਿੱਤਾ ਨਹੀਂ ਸੀ ਜਾ ਸਕਦਾ ਕਿਉਂ ਨਹੀਂ ਦਿੱਤਾ ਗਿਆ ਕਾਰਨ ਕੀ ਰਹਿੰਦਾ ਉਹਦੇ ਪਿੱਛੇ ਦੇਖੋ ਮੈਂ ਇੱਕ ਗੱਲ ਤਾਂ ਮੈਂ ਕਲੀਅਰ ਕਰਦਾ ਹੁਣ ਹਮੇਸ਼ਾ ਮੈਂ ਸਟੇਜ ਤੋਂ ਵੀ ਬੋਲ ਕੇ ਗਿਆ ਇਸ ਤੋਂ ਪਿਛਲੀ ਵਾਰ ਕਿ ਜੇ ਤੁਸੀਂ ਇਸ ਭੁਲੇਖੇ ਚੋਂ ਸਿੱਖੋ ਕਿ ਅਸੀਂ ਇਨਸਾਫ ਨਹੀਂ ਹੋ ਰਿਹਾ ਇਨਸਾਫ ਤਾਂ ਹੋ ਰਿਹਾ ਤਾਕਤਵਰ ਲੋਕ ਜਿਹੜੇ ਕਹਿੰਦੇ ਸੀ ਸਾਡੇ ਬਿਨਾ ਪੰਜਾਬ 'ਚ ਕੁਛ ਵੀ ਨਹੀਂ ਹਿਲਦਾ ਉਹ ਤਾਕਤਵਰ ਲੋਕ ਘਰੇ ਕਿਉਂ ਬੈਠੇ ਜੇ ਉਹਨਾਂ ਨੇ ਗੁਰੂ ਨਾਲ ਨਹੀਂ ਖੜੇ ਇੱਕ ਗੱਲ ਸਾਨੂੰ ਸਮਝਣੀ ਚਾਹੀਦੀ ਹੈ ਇਕੱਲੇ ਇਕੱਲੇ ਇਨਸਾਨ ਨੂੰ ਕਿ ਗੁਰੂ ਨੂੰ ਪਿੱਠ ਵਿਖਾਉਣ ਵਾਲੇ ਦਾ ਕੁਛ ਨਹੀਂ ਰਹਿੰਦਾ ਤੇ ਗੁਰੂ ਨਾਲ ਮੱਥੇ ਲਾਉਣ ਵਾਲੇ ਦਾ 7 ਪੀੜ੍ਹੀਆਂ ਦਾ ਨੁਕਸਾਨ ਹੁੰਦਾ ਹੈ ਜਿਹੜਾ ਇਨਸਾਫ ਗੁਰੂ ਕਰ ਰਿਹਾ ਹੈ ਉਹਨੂੰ ਇਨਸਾਫ ਸਮਝ ਕੇ ਹੁਣ ਘਰੇ ਬਹਿ ਜਾਣਾ ਚਾਹੀਦਾ ਫਿਰ ਮੋਰਚੇ ਦਾ ਮਤਲਬ ਘਰੇ ਨਹੀਂ ਅਸੀਂ ਖਾਲਸੇ ਨੂੰ ਨਿੱਤ ਮਹਿਮਾ ਲੜਾਈ ਲੜਨ ਦਾ ਵੀ ਬਲ ਸਾਨੂੰ ਗੁਰੂ ਸਾਹਿਬ ਨੇ ਦਿੱਤਾ ਹੈ ਉਹਨਾਂ ਨੇ ਸੇਧ ਦਿੱਤੀ ਹੈ ਸਾਨੂੰ ਲੜਨਾ ਕਿਵੇਂ ਅਸੀਂ ਤਾਂ ਜਦੋਂ ਦੋ ਸੀਗੇ ਬਾਬਾ ਗਰਜਾ ਸਿੰਘ ਬਾਬਾ ਬੋਤਾ ਸਿੰਘ ਅਸੀਂ ਤਾਂ ਉਦੋਂ ਵੀ ਲੜੇ ਹਾਂ ਸੋ ਕੀ ਅਸੀਂ ਉਹ ਲੜਾਈ ਛੱਡਤੀ ਸੀ ਵੀ ਜਦੋਂ ਅਬਦਾਲੀ ਕਹਿੰਦਾ ਸੀ ਖਤਮ ਹੋ ਗਏ ਸਿੱਖ ਉਹਨਾਂ ਨੇ ਤਾਂ ਰਾਜਨੀਤੀ ਤੋਂ ਇਨਸਾਫ ਨਹੀਂ ਲਿਆ ਉਹਨਾਂ ਨੇ ਤਾਂ ਇਨਸਾਫ ਲੈਣ ਦਾ ਤਰੀਕਾ ਹੋਰ ਸੀ ਉਹੀ ਰਾਹ ਚਾਹੀਦਾ ਫਿਰ ਤਰੀਕੇ ਬਦਲ ਗਏ ਨਾ ਹੁਣ ਸਮਾਂ ਹੁਣ ਹੋਰ ਆ ਉਹ ਸਮਾਂ ਉਦੋਂ ਹੋਰ ਸੀ ਇਹ ਗੱਲ ਸਾਨੂੰ ਸਾਰਿਆਂ ਨੂੰ ਸਮਝਣੀ ਪੈਣੀ ਹੈ ਪੰਜਾਬ ਨੂੰ ਪਿਆਰ ਕਰਨ ਵਾਲਿਆਂ ਨੂੰ ਵੀ ਜਦੋਂ ਤੱਕ ਅਸੀਂ ਕਿਸੇ ਪੰਜਾਬ ਦੇ ਪੁੱਤ ਨੂੰ ਪੰਜਾਬ ਦੀ ਵਾਗਡੋਰ ਨਹੀਂ ਦੇਵਾਂਗੇ ਕੋਈ ਪੰਜਾਬ ਦਾ ਪੁੱਤ ਚਾਹੇ ਇੱਕ ਹੀ ਹੋਵੇ ਪੰਜਾਬ ਦੇ ਪੁੱਤ ਨੂੰ ਤਾਂ ਲੋਕ ਕਹਿੰਦੇ ਦਿੱਤੀ ਸੀ ਵਾਗਡੋਰ ਇਹ ਨਹੀਂ ਨਾ ਪੰਜਾਬ ਦੇ ਪੁੱਤ ਕਿੰਨਾ ਪਤਾ ਲੱਗੂਗਾ ਕੌਣ ਪੰਜਾਬ ਦਾ ਪੁੱਤ ਹੈ ਗੁਰੂ ਸਾਹਿਬ ਬਖਸ਼ਿਸ਼ਾਂ ਕਰਦੇ ਗੁਰੂ ਸਾਹਿਬ ਭੇਜਦੇ ਰਹਿੰਦੇ ਸਮੇਂ ਸਮੇਂ ਤੇ ਸਾਨੂੰ ਪਛਾਣਨੇ ਪੈਣੇ ਆ ਸਾਨੂੰ ਪਛਾਣਨੇ ਚਾਹੀਦੇ ਆ ਬੜੇ ਆਏ ਆ ਪਿੱਛੇ ਦੇਖਿਆ ਆਪਾਂ ਹੁਣ ਤੱਕ ਇਤਿਹਾਸ ਫਰੋਲੋ ਕਿੰਨੇ ਪੰਜਾਬ ਇਸ਼ਾਰਾ ਵੀ ਗੁਰੂ ਸਾਹਿਬ ਬਖਸ਼ਣਗੇ ਨਾ ਇਸ਼ਾਰਾ ਹੁਣ ਜੇ ਆਪਾਂ ਬੰਦਿਆਂ ਦੇ ਸਮਝਾਇਆ ਤਾਂ ਬੰਦਾ ਕੋਈ ਸਮਝਦਾ ਨਹੀਂ ਜੇ ਬੰਦਿਆਂ ਦੇ ਸਮਝਾਏ ਸਮਝਣ ਵਾਲੇ ਹੁੰਦੇ ਬਾਦਲ ਸਮਝ ਆਉਂਦਾ ਕੈਪਟਨ ਸਮਝ ਆਉਂਦਾ ਚੰਨੀ ਸਮਝ ਆਉਂਦਾ ਭਗਵੰਤ ਮਾਨ ਸਮਝ ਇਹ ਬੰਦਿਆਂ ਦੇ ਸਮਝਾਏ ਸਮਝਣ ਵਾਲੇ ਨਹੀਂ ਤਾਂ ਜਦੋਂ ਚਪੇੜ ਗੁਰੂ ਦੀ ਵੱਜਦੀ ਹੈ ਨਾ ਫਿਰ ਉਦੋਂ ਸਮਝਦੇ ਹੈ ਸਮਝ ਲੈਣਾ ਚਾਹੀਦਾ ਇਤਿਹਾਸ ਵੱਲ ਨਿਗਾਹ ਮਾਰਨੀ ਚਾਹੀਦੀ ਆ ਬੜੇ ਸਾਡੀ ਕੌਮ ਦੇ ਵਿੱਚ ਯੋਧੇ ਆਏ ਆ ਜਿਹੜੇ ਸਮੇਂ ਸਮੇਂ ਤੇ ਸਾਨੂੰ ਇਨਸਾਫ ਜੇ ਹੁਣ ਮੱਸਾ ਰੰਗੜ ਸੀ ਤੇ ਮੱਸੇ ਰੰਗੜ ਵੇਲੇ ਭਾਈ ਸੁੱਖਾ ਸਿੰਘ ਤੇ ਭਾਈ ਮਹਿਤਾਬ ਸਿੰਘ ਆਏ ਨਹੀਂ ਦੋ ਹੀ ਸਿੰਘ ਆਏ ਸੀ ਜੇ ਮੱਸਾ ਰੰਗੜ ਦਰਬਾਰ ਸਾਹਿਬ ਦੀ ਬੇਅਦਬੀ ਕਰਦਾ ਸੀ ਤੇ ਜੇ ਜਨਰਲ ਵੈਦਿਆ ਸੀਗਾ ਤੇ ਉਹਨੂੰ ਵੀ ਤੇ ਭਾਈ ਸੁੱਖਾ ਤੇ ਭਾਈ ਜਿੰਦਾ ਭੇਜੇ ਆ ਗੁਰੂ ਸਾਹਿਬ ਨੇ ਬਖਸ਼ਿਆ ਕਰਕੇ ਸੋ ਇਹ ਗੱਲ ਭੁੱਲ ਜਾਣੀ ਚਾਹੀਦੀ ਹਾਕਮਾਂ ਨੂੰ ਜੇ ਅਸੀਂ ਗੁਰੂ ਤੋਂ ਬੇਮੁੱਖ ਹੋਵਾਂਗੇ ਤੇ ਗੁਰੂ ਨੇ ਬੜੀ ਕਿਰਪਾ ਦੇ ਨਾਲ ਸਿੰਘ ਤਿਆਰ ਕੀਤੇ ਹੋਏ ਆ ਗੁਰੂ ਵਡਿਆਈਆਂ ਦਿੰਦਾ ਗੁਰੂ ਸਮਰੱਥ ਆ ਔਰ ਗੁਰੂ ਜੁਗੋ ਜੁਗੋ ਟਲ ਆ ਇਹ ਗੱਲ ਸਮਝਣੀ ਪੈਣੀ ਹੈ ਪਰ ਲੋਕ ਜਿਹੜੇ ਹੈਗੇ ਆ ਹੁਣ ਲੋਕਾਂ ਦਾ ਵੀ ਤਾਂ ਹਿਸਾਬ ਬਦਲਦਾ ਜਾਂਦਾ ਜੇ ਸਿੱਖ ਕੌਮ ਦੀ ਗੱਲ ਕਰੀਏ ਕੌਮ ਅਲੱਗ ਅਲੱਗ ਥਾਂ ਤੇ ਕਈ ਮੋਰਚੇ ਲਾ ਕੇ ਬੈਠੀ ਹੈ ਤੇ ਅੱਜ ਇਸ ਥਾਂ ਦੇ ਉੱਤੇ ਇਕੱਠ ਕਿਉਂ ਨਹੀਂ ਇਹ ਮੋਰਚੇ ਇਕੱਠੇ ਕਿਉਂ ਨਹੀਂ ਹੁੰਦੇ ਸਾਰੇ ਕੋਈ ਬੇਅਦਬੀ ਇਨਸਾਫ ਦਾ ਮੋਰਚਾ ਇੱਥੇ ਚੱਲਦਾ ਕੋਈ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਕਿਤੇ ਚੱਲਦਾ ਕਿਤੇ ਸਿਗਨੇਚਰ ਮਹਿਮਾ ਚੱਲ ਰਹੀਆਂ ਕਿਤੇ ਕਿਸੇ ਤਰ੍ਹਾਂ ਦਾ ਕੋਈ ਹੋਰ ਮੋਰਚਾ ਲਾ ਕੇ ਬੈਠਾ ਜੇ ਬੇਅਦਬੀ ਇਨਸਾਫ ਦਾ ਸਿੱਖਾਂ ਨੂੰ ਦੁੱਖ ਹੋਵੇ ਤਾਂ ਇੱਥੇ ਵੱਡਾ ਇਕੱਠ ਕਿਉਂ ਨਾ ਹੋਵੇ ਇਹ ਕਮੀ ਕਿਉਂ ਆ ਸਿੱਖਾਂ ਦੀ ਇਹੀ ਤਰਾਸਦੀ ਆ ਸਾਡੀ ਇਹੀ ਤਰਾਸਦੀ ਆ ਕਿ ਅਸੀਂ ਆਪਦੇ ਗੁਰੂ ਦੀ ਖਾਤਰ ਹੀ ਨਹੀਂ ਇਕੱਠੇ ਹੋ ਸਕਦੇ ਅਸੀਂ ਇਹ ਚਾਹੁੰਦੇ ਹਾਂ ਕਿ ਮੈਂ ਆਗੂ ਬਣ ਜਾ ਮੇਰੇ ਮਗਰ ਸਾਰੇ ਜਿੰਨੇ ਹੋਰ ਸਿੱਖ ਜਿਹੜੇ ਲੜ ਰਹੇ ਆ ਸੰਘਰਸ਼ ਕਰੋ ਮੇਰੇ ਮਗਰ ਆਉਣ ਕਿਸੇ ਦੇ ਮਨ ਦੇ ਵਿੱਚ ਇਹ ਹੈ ਨਹੀਂ ਕਿ ਮੈਂ ਪਿੱਛੇ ਤੁਰਾਂ ਹਰ ਇੱਕ ਦੇ ਮਨ ਦੇ ਵਿੱਚ ਹੈ ਕਿ ਮੈਂ ਅਗਵਾਈ ਕਰਾਂ ਕੰਮ ਕਰਨਾ ਚਾਹੀਦਾ ਚੁੱਪ ਚਾਪ ਕਰ ਬਹਿ ਕੇ ਮਿਹਨਤ ਕਰਨੀ ਚਾਹੀਦੀ ਆ ਕਿ ਸਫਲਤਾ ਸ਼ੋਰ ਮਚਾਵੇ ਮਿਹਨਤ ਇੰਨੀ ਕਰੋ ਚੁੱਪ ਚਾਪ ਸੋ ਇਹ ਗੱਲ ਸਾਨੂੰ ਮਨਾਂ 'ਚੋਂ ਕੱਢਣੀ ਚਾਹੀਦੀ ਹੈ ਜਦੋਂ ਅਸੀਂ ਗੁਰੂ 'ਤੇ ਇਤਵਾਰ ਕਰਦੇ ਹਾਂ ਭਰੋਸਾ ਕਰਦੇ ਹਾਂ ਟੁੱਟ ਵਿਸ਼ਵਾਸ ਕਰਦੇ ਹਾਂ ਤਾਂ ਗੁਰੂ ਬਖਸ਼ਿਸ਼ਾਂ ਦੇਣ ਵਾਲਾ ਹੈ ਭਰੋਸਾ ਭਰੋਸਾ
ਰਿਹਾ ਲੋਕਾਂ ਨੂੰ ਗੁਰੂ ਦੇ ਉੱਤੇ, ਕਿਉਂਕਿ ਜਿਹੜੇ ਗੁਰੂ ਤੋਂ ਤਾਂ ਤੰਦਰੁਸਤੀ ਮੰਗਣੀ ਸੀ, ਜਿਹੜੇ ਗੁਰੂ ਤੋਂ ਅਰਦਾਸਾਂ ਕਰਨੀਆਂ ਸੀ ਕਿ ਸਾਨੂੰ ਪਰਮਾਤਮਾ ਤੰਦਰੁਸਤੀ ਦੇਵੇ, ਸਿਹਤ ਯਾਬੀ ਬਖਸ਼ੇ, ਅਜਿਹੇ ਸ਼ਬਦ ਤਾਂ ਹੀ ਨਿਕਲੇ ਇਹਨਾਂ ਅਰਦਾਸਾਂ ਦੇ ਵਿੱਚ ਜੇ ਅਰਦਾਸਾਂ ਸਿੱਖ ਕਰਦੇ ਆਏ। ਉਹ ਤਾਂ ਲੋਕ ਜਿਹੜੇ ਹੈਗੇ ਕੁਰਸੀਆਂ ਤੇ ਗੁਰੂ ਦੇ ਸਾਹਮਣੇ ਬਹਿੰਦੇ ਆ, ਤੇ ਜੇ ਕੋਈ ਰੋਕਦਾ ਤਾਂ ਇਤਰਾਜ਼ ਵੀ ਹੁੰਦਾ। ਜਗ ਮੈਂ ਉੱਤਮ ਕਾਢੀਏ ਵਿਰਲੇ ਕਈ ਕੇ, ਗੁਰੂ ਸਾਹਿਬ ਨੇ ਇਹ ਸਾਨੂੰ ਸਮਝਾਇਆ। ਔਰ ਇਹ ਵਪਾਰ ਵਿਰਲਾ ਵਪਾਰ ਹੈ, ਨਾਨਕ ਤਾਂ ਕਹਿ ਸਤ ਬਲਿਹਾਰ। ਜੇ ਵਿਰਲੇ ਵਪਾਰ ਵਾਲਾ ਕੋਈ ਆਊਗਾ, ਵਪਾਰ ਕਰਨ ਵਾਲਾ ਸੱਚ ਦਾ ਵਪਾਰੀ ਆਊਗਾ ਕੋਈ, ਤੇ ਗੁਰੂ ਸਾਹਿਬ ਉਦੋਂ ਬਲਿਹਾਰੇ ਜਾਂਦੇ ਆ, ਫਿਰ ਗੁਰੂ ਸਾਹਿਬ ਬਖਸ਼ ਦਿੰਦੇ ਆ। ਇਹ ਭੁੱਲ ਜਾਓ, ਇਹ ਗੱਲ ਤਾਂ ਮਨੋ ਵਿਸਾਰ ਦਿਓ, ਇਸ ਗੱਲ ਦੀ ਚਿੰਤਾ ਛੱਡ ਦਿਓ ਕਿ ਪੰਜਾਬ ਜਿਹੜਾ ਗੁਰੂ ਸਾਹਿਬਾਨਾਂ ਦੀ ਧਰਤੀ ਆ, ਜਾਂ ਜਿਹਦੇ ਉੱਤੇ ਗੁਰੂ ਸਾਹਿਬਾਨਾਂ ਦੇ ਚੱਪੇ ਚੱਪੇ ਦੇ ਉੱਤੇ ਚਰਨ ਛੋਹ ਪ੍ਰਾਪਤ ਧਰਤੀ ਆ, ਕਿ ਇਹਦੇ ਇਹਨੂੰ ਕੋਈ ਨੁਕਸਾਨ ਪਹੁੰਚਾ ਜਾਊਗਾ ਜਾਂ ਇਹਨੂੰ ਕੋਈ ਦੱਬ ਲਊਗਾ। ਬੜੇ ਤਾਕਤਵਰ ਲੋਕ ਆਏ ਆ, ਅਬਦਾਲੀ ਬਦੂਲੀ ਵਰਗੇ, ਗੋਰੇ ਵੀ ਬੜੇ ਆਧੁਨਿਕ ਹਥਿਆਰਾਂ ਨਾਲ ਲਿਸ ਆਏ ਆ, ਬੇਸ਼ੱਕ ਬੜਾ ਸਮਾਂ ਰਾਜ ਕਰ ਗਏ ਆ, ਪਰ ਅੰਤ ਨੂੰ ਕੀ ਹੋਇਆ, ਸਾਰਾ ਕੁਛ ਛੱਡ ਕੇ ਭੱਜੇ ਨਾ। ਉਵੇਂ ਇਹ ਹੁਣ ਵੀ ਹੋਣਾ, ਜਿਹੜੇ ਇਹ ਪੰਜਾਬ ਨਾਲ ਨਹੀਂ ਖੜਨਗੇ, ਜਿਹੜੇ ਗੁਰੂ ਨਾਲ ਨਹੀਂ ਖੜਨਗੇ, ਉਹ ਆਪਦਾ ਟੱਬਰ ਟੀਰ ਚੱਕ ਕੇ ਸਾਰੇ ਵਿਦੇਸ਼ਾਂ ਨੂੰ ਜ਼ਰੂਰ ਭੱਜਣਗੇ, ਚਾਹੇ ਉਹ ਕੋਈ ਪੁਰਾਣਾ ਸਿਆਸੀ ਆਗੂ ਹੋਵੇ, ਚਾਹੇ ਮੌਜੂਦਾ ਦੇ ਹਾਕਮ ਹੋਣ। ਸੋ ਇਹ ਗੱਲ ਭੁੱਲ ਜਾਣੀ ਚਾਹੀਦੀ ਹੈ ਹਾਕਮਾਂ ਨੂੰ, ਔਰ ਪੰਜਾਬ ਦੇ ਲੋਕਾਂ ਨੂੰ ਵੀ ਇਸ ਗੱਲ ਦੀ ਚਿੰਤਾ ਨਹੀਂ ਕਰਨੀ ਚਾਹੀਦੀ, ਚਿੰਤਨ ਜ਼ਰੂਰ ਕਰਨਾ ਚਾਹੀਦਾ, ਤੇ ਚਿੰਤਨ ਕਰਨਾ ਚਾਹੀਦਾ ਅਸੀਂ ਕੌਮ ਦੀ ਚੜ੍ਹਦੀ ਕਲਾ ਲਈ, ਪੰਜਾਬ ਦੀ ਚੜ੍ਹਦੀ ਕਲਾ ਲਈ ਕੰਮ ਕਿਵੇਂ ਕਰਨਾ। ਪੰਜਾਬ ਲਈ ਖੜਨਾ ਤਾਂ ਦੂਰ ਦੀ ਗੱਲ, ਅੱਜ ਤਾਂ ਚਾਰ ਘਰ ਢਾਏ ਸਿੱਖਾਂ ਦੇ ਇੱਕ ਥਾਂ ਦੇ ਉੱਤੇ, ਉੱਥੇ ਕਿਸੇ ਨੇ ਹਾਦਾ ਨਾਰਾ ਨਹੀਂ ਜਾ ਕੇ ਮਾਰਿਆ। ਆਹ ਲਤੀਫਪੁਰਾ ਤਕਲੀਫਪੁਰਾ ਬਣਾਤਾ, ਇਹ ਸਾਡੇ ਨਾਲ 47 ਤੋਂ ਹੁੰਦਾ ਹੈ, 66 ਚ ਵੀ ਹੋਇਆ ਹੈ, 84 ਚ ਵੀ ਹੋਇਆ ਤੇ ਹੁਣ ਵੀ ਹੋ ਗਿਆ ਹੈ। ਇਹ ਕਹਿੰਦੇ ਸੀ ਬਦਲਾ ਲਿਆ ਕੇ ਆਵਾਂਗੇ, ਆਹ ਬਦਲਾ ਹੈ, ਪੰਜਾਬੀਆਂ ਨੂੰ ਘਰੋਂ ਬੇਘਰ ਕਰਤਾ ਇਸ ਬਦਲਾ, ਇਹ ਚਿਤਵਿਆ ਨਹੀਂ ਸੀ ਬਦਲਾ ਸੀ ਇਹੋ ਜਾਊਗਾ। ਸੋ ਉਹਨਾਂ ਅੱਜ ਉਹੀ ਸਰਕਾਰ ਮਿੰਨਤਾਂ ਕਰ ਰਹੀ, ਮਾਫੀਆਂ ਮੰਗ ਰਹੀ, ਲੋਕਾਂ ਦੇ ਰੋਹ ਨੂੰ ਵੇਖਦਿਆਂ ਹੋਏ। ਕੀ ਗੱਲ ਹੋ ਗਈ ਹੁਣ ਉਸ ਜਗ੍ਹਾ ਦਾ, ਹੁਣ ਜਿਹੜੀ ਜਗ੍ਹਾ ਤੁਸੀਂ ਢਾ ਕੇ ਜਿਹਦੇ ਕਬਜ਼ਾ ਕਰਨਾ ਚਾਹੁੰਦੀ ਸਰਕਾਰ, ਹੁਣ ਉਹ ਜਗ੍ਹਾ ਬੇਕਾਰ ਹੋ ਗਈ? ਕਿਉਂ ਲੋਕਾਂ ਦੇ ਘਰ ਉਜਾੜੇ, ਕਿੰਨੇ ਲੋਕਾਂ ਦੀਆਂ ਬਾਦਵਾਵਾਂ ਲਈਆਂ? ਤੁਸੀਂ ਦੇਖੋ ਮਨ ਪਸੀਜਿਆ ਜਾਂਦਾ ਉਹਨਾਂ ਨਿੱਕੇ ਨਿੱਕੇ ਬੱਚਿਆਂ ਨੂੰ, ਇੱਕ ਬੱਚੀ ਆਪਦੀ ਮਾਂ ਦੇ ਗੱਲ ਲੱਗ ਕੇ ਰੋ ਰਹੀ ਹੈ, ਤਾਂ ਉਹਦਾ ਵੀਡੀਓ ਦੇਖ ਕੇ ਜੇ ਤੁਹਾਡੇ ਅੱਖਾਂ 'ਚ ਅੱਥਰੂ ਨਹੀਂ ਆਏ, ਤੁਹਾਡਾ ਮਨ ਨਹੀਂ ਭਰਦਾ, ਤਾਂ ਮਤਲਬ ਤੁਸੀਂ ਇਨਸਾਨ ਨਹੀਂ ਹੈਗੇ, ਤੇ ਇਹਨਾਂ ਹਾਕਮ ਇੰਨੇ ਜ਼ਾਲਮ ਕਿਉਂ ਹੋ ਜਾਂਦੇ ਹਨ? ਇਹ ਗੱਲ ਸਮਝਣੀ ਚਾਹੀਦੀ ਹੈ। ਪੰਜਾਬ ਦਾ ਤਾਂ ਦੇਖੋ ਅਸੀਂ ਕਹਿੰਦੇ ਹੁੰਦੇ ਹਾਂ, ਹਮੇਸ਼ਾ ਆਪਾਂ ਗੱਲ ਕਰਦੇ ਹਾਂ, ਸਾਡੇ ਆਗੂਆਂ ਨੂੰ ਇਹ ਦੱਸਣਾ ਨਹੀਂ ਆ ਰਿਹਾ ਕਿ ਅਸੀਂ ਜੇ ਖਾਲਸੇ ਦੇ ਰਾਜ ਦੀ ਕਾਮਨਾ ਕਰਦੇ ਹਾਂ, ਖਾਲਸਾ ਰਾਜ ਕਿਹੋ ਜਿਹਾ ਹੁੰਦਾ ਹੈ, ਉਹਦਾ ਸੰਕਲਪ ਕੀ ਆ? ਜੇ 40 ਵਰੇ ਖਾਲਸੇ ਦਾ ਰਾਜ ਰਿਹਾ, ਜਿਹਨੂੰ ਦੁਨੀਆਂ ਦਾ ਸਭ ਤੋਂ ਬਿਹਤਰੀਨ ਰਾਜ ਮੰਨਿਆ ਗਿਆ, ਮਹਾਰਾਜਾ ਰਣਜੀਤ ਸਿੰਘ ਦਾ ਰਾਜ, ਉਸ ਰਾਜ ਦੇ ਵਿੱਚ ਦੀਵਾਨ ਚੰਦ ਵਰਗੇ ਪੰਡਿਤ ਵੀ ਮੰਤਰੀ ਰਹੇ, ਵਜ਼ੀਰ ਰਹੇ ਆ, ਖਜ਼ਾਨਿਆਂ ਦੇ ਵੀ ਮੰਤਰੀ ਰਹੇ ਆ, ਫਕੀਰ ਅਜੀਜ਼ੂਦੀਨ ਮੁਸਲਮਾਨ ਉਹ ਉਹਨਾਂ ਦਾ ਪਰਿਵਾਰ ਕਿੰਨੇ ਵੱਡੇ ਅਹੁਦਿਆਂ ਤੇ ਰਹੇ ਆ, ਔਰ ਮੁੱਖ ਮੰਤਰੀ ਜਿਵੇਂ ਆਪਾਂ ਕਹਿ ਦਈਏ ਰਾਜਾ ਉਦੋਂ ਦਾ, ਤੇ ਅੱਜ ਦਾ ਮੁੱਖ ਮੰਤਰੀ ਜੇ ਕਿਹਾ ਜਾਵੇ ਸਿੱਖ ਸੀ ਨਾ, ਤਾਂ ਅੱਜ ਵੀ ਤਾਂ ਸਿੱਖ ਪਰਿਵਾਰਾਂ ਦੇ ਵਿੱਚ ਹੀ ਪੈਦਾ ਹੁੰਦੇ ਆ ਮੁੱਖ ਮੰਤਰੀ, ਪਰ ਪ੍ਰੋਬਲਮ ਉੱਥੇ ਆ ਗਈ, ਅੰਦਰ ਚੇਟਕ ਨਹੀਂ ਪੰਜਾਬ ਪ੍ਰਤੀ, ਅੰਦਰ ਗੁਰੂ ਦਾ ਪ੍ਰੇਮ ਨਹੀਂ, ਅੰਦਰ ਸਿੱਖੀ ਨਹੀਂ। ਫੋਟੋਆਂ ਤਾਂ ਦਫ਼ਤਰਾਂ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਦੀਆਂ ਹੁਣ ਵੀ ਲੱਗੀਆਂ ਹੁੰਦੀਆਂ, ਵੱਡੀਆਂ ਵੱਡੀਆਂ ਉਦਾਹਰਨਾਂ ਵੀ ਉਹਨਾਂ ਦੇ ਰਾਜ ਦੀਆਂ ਦਿੱਤੀਆਂ ਜਾਂਦੀਆਂ, ਕਿਹਾ ਵੀ ਇਹ ਜਾਂਦਾ ਕਿ ਅਸੀਂ ਉਹਨਾਂ ਵਰਗਾ ਰਾਜ ਲੈ ਕੇ ਆਵਾਂ। ਸੋ ਐਂ ਤਾਂ ਹੁਣ ਗੁਰਬਾਣੀ ਬੜੇ ਲੋਕ ਪੜ੍ਹਦੇ ਆ, ਪਰ ਉਹਨੂੰ ਅਮਲੀ ਜਾਮਾ ਨਹੀਂ ਪਹਿਨਾਉਂਦਾ ਹਰੇਕ ਕੋਈ। ਸਾਨੂੰ ਇਕੱਲੀ ਪੜ੍ਹਨ ਵਾਸਤੇ, ਪੜ੍ਹ ਪੜ੍ਹ ਗੱਡੇ ਲੱਦਣ ਵਾਲੀ ਗੱਲ ਆ ਨਾ, ਸਾਨੂੰ ਪੜ੍ਹਨ ਵਾਸਤੇ ਥੋੜੀ ਕਿਹਾ ਇਕੱਲੀ ਬਾਣੀ। ਇੱਥੇ ਆ ਕੇ ਵੀ ਕਹਿੰਦੇ ਨੇ ਕਿ ਅਸੀਂ ਨਵਾਣੇ ਸਿੱਖ ਆ, ਅਸੀਂ ਸਿੱਖ ਹੋ ਕੇ ਆਏ ਆ, ਪਰ ਜਿਹੜਾ ਦਿਖਦਾ ਤਾਂ ਹੈ ਨਹੀਂ ਕੋਈ ਕੰਮ, ਕਿ ਉਹਨਾਂ ਦੀ ਪੇਸ਼ ਨਹੀਂ ਚੱਲਦੀ। ਗੱਲ ਕੀ ਆ, ਇੱਥੇ ਜਿਹੜੀ ਸ਼ਬਦਾਵਲੀ ਹੁੰਦੀ ਆ, ਸਰਕਾਰ ਇੰਪਲੀਮੈਂਟਰੀ ਉਹਨਾਂ ਸ਼ਬਦਾਂ ਦੇ ਉੱਤੇ ਕਰਦੀ, ਕਾਰਨ ਕੀ ਲੱਗਦਾ? ਆਰਐਸਐਸ ਦੀ ਜਿਹੜੀ ਸਰਕਾਰ ਹੈ ਨਾ, ਜਿਵੇਂ ਆਪਾਂ ਕਹਿੰਦੇ ਰਹੇ ਆਰਐਸਐਸ ਦੀ ਬੀ ਟੀਮ ਆ ਸਰਕਾਰ, ਇਹ ਤਾਂ ਆਰਐਸਐਸ ਕਦੇ ਵੀ ਨਹੀਂ ਚਾਹੁੰਦੀ ਕਿ ਸਿੱਖਾਂ ਦਾ ਕਿਰਦਾਰ ਤੇ ਕਰੈਕਟਰ ਪੂਰੀ ਦੁਨੀਆ ਨੂੰ ਦਿਖਾਇਆ ਜਾਵੇ। ਉਹ ਹਮੇਸ਼ਾ ਸਿੱਖਾਂ ਦੇ ਅਕਸ ਨੂੰ ਢਾ ਲਾਉਣ ਦੀ ਕੋਸ਼ਿਸ਼ ਕਰਦੀ ਆ। ਹੁਣ ਵੀ ਆਮ ਆਦਮੀ ਪਾਰਟੀ ਦਾ ਵੀ ਸਪੀਕਰ ਸਿੱਖ ਹੈ ਨਾ, ਉਹ ਇੱਥੇ ਆ ਕੇ ਗੁਰੂ ਸਾਹਿਬ ਦੀ ਹਜ਼ੂਰੀ 'ਚ ਵਾਅਦਾ ਕਰ ਜਾਂਦਾ, ਤੇ ਰੌਲਾ ਕੀਦਾ ਪਿਆ? ਸਰਕਾਰ ਨੂੰ ਤਾਂ ਨਹੀਂ ਕੋਈ ਕੋਸ ਰਿਹਾ, ਕੋਸ ਰਹੇ ਆ ਕਿ ਕਰਤਾਰ ਸਿੰਘ ਸੰਧਵਾਂ ਸਿੱਖ ਆ, ਉਹ ਆ ਕੇ ਵਾਅਦਾ ਕਰਕੇ ਗਿਆ 1.5 ਮਹੀਨੇ ਦਾ, ਤੇ ਉਹ ਖਰਾ ਨਹੀਂ ਉਤਰਿਆ, ਕਿਰਦਾਰ ਕਿਹਦਾ ਖਰਾਬ ਹੋਇਆ? ਸਿੱਖਾਂ ਦਾ। ਗੁਜਰਾਤ 'ਚ ਸਾਡੇ ਲੋਕ ਜਾਂਦੇ ਆ ਵੋਟਾਂ ਮੰਗਣ ਸਿੱਖ, ਉਹ ਜਾ ਕੇ ਉੱਥੇ ਝੂਠ ਮਾਰ ਰਹੇ ਆ, ਦਸਤਾਰਾਂ ਸਿਰਾਂ ਤੇ ਬੰਨੀਆਂ ਹੋਈਆਂ, ਝੂਠ ਮਾਰ ਰਿਹਾ ਕਿ ਅਸੀਂ ਪੰਜਾਬ 'ਚ ਬਿਜਲੀ ਫ੍ਰੀ ਕਰਤੀ, ਅਸੀਂ ਪੰਜਾਬ 'ਚ 1,000-1,000 ਰੁਪਈਆ ਔਰਤਾਂ ਨੂੰ ਦੇਣ ਲੱਗੇ, ਜਿਹੜੇ ਅਸੀਂ ਵਾਅਦੇ ਕੀਤੇ ਸੀ ਉਹ ਪੂਰੇ ਕਰਤੇ। ਸੋ ਕਰੈਕਟਰ ਕਿਹਦਾ ਖਰਾਬ ਹੋ ਰਿਹਾ? ਸਰਦਾਰ ਦਾ ਕਿਰਦਾਰ ਖਰਾਬ ਹੋ ਰਿਹਾ ਦਸਤਾਰ ਨਾਲ। ਸੋ ਇਹ ਆਰਐਸਐਸ ਦੀ ਇੱਕ ਚਾਲ ਹੈ, ਸਾਡੇ ਧਰਨਿਆਂ 'ਚ ਗੁਰੂ ਸਾਹਿਬ ਦੀ ਬੇਅਦਬੀ ਦੇ ਇਨਸਾਫ ਵਾਸਤੇ ਸਾਡਾ ਹੀ ਸਿੱਖ ਭਰਾ ਆਉਂਦਾ ਹੈ ਤੇ ਉਹ ਵਾਅਦਾ ਕਰ ਜਾਂਦਾ ਤੇ ਮੁੜ ਕੇ ਲੋਕ ਉਹਨੂੰ ਲਾਹਨਤਾ ਪਾਉਂਦੇ। ਸੋ ਇਹ ਗੱਲ ਸਾਨੂੰ ਸਮਝਣੀ ਪੈਣੀ ਆ ਕਿ ਹਾਕਮ ਕਿਸ ਕਦਰ ਕਾਬਜ਼ ਹੋ ਚੁੱਕੇ ਸਾਡੇ ਤੇ। ਤੁਸੀਂ ਕਹਿੰਦੇ ਜਦੋਂ ਜਦੋਂ ਗੱਲ ਹੁੰਦੀ ਹੈ ਤਾਂ ਦੋਸ਼ ਆਰਐਸਐਸ ਦੇ ਉੱਤੇ ਜਾਂਦਾ ਕਿ ਆਰਐਸਐਸ ਦੀ ਇਹ ਸਰਕਾਰ ਹੈ, ਬੀਜੇਪੀ ਆਂ ਦੀ ਆਰਐਸਐਸ ਦੀ ਸਰਕਾਰ ਹੈ। ਇਨਸਾਫ ਤਾਂ ਫਿਰ ਕਾਂਗਰਸ ਦੇ ਰਾਜ ਵਿੱਚ ਵੀ ਨਹੀਂ ਸੀ ਮਿਲਿਆ, ਉਦੋਂ ਤੁਸੀਂ ਵੀ ਕਾਂਗਰਸ 'ਚ ਵੀ ਸੀ, ਤੇ ਫਿਰ ਕਾਂਗਰਸ ਵੀ ਆਰਐਸਐਸ ਦੀ ਹੈ।
मैं तो इस गल का मैं जवाब देता ना, मेरा परसनली जो जवाब से इस गल का सुनिया, पहले सुन लिया जवाब, सवाल तुम फिर तैयार कर लिया, तुम उदा ही हमलावर हो गए। फिर मैं कहा कि मेरा जो फर्ज से, मैं एक सिख हाँ, मेरा यह फर्ज से कि बेअदबी हुई है, मेरे को संविधानिक अहुदा नहीं, मैं चुनिया हो नहीं, पर मैं मिलता रहा। असल जो अर्थ हो आर एस एस के उ दोष हमेशा आ रहा ना, ਤੁਸੀਂ ਹੁਣ ਪਿਛੋਕੜ ਫਰੋਲੋ, ਪੌਣੇ ਪੰਜ ਵਾਰੇ ਕੈਪਟਨ ਅਮਰਿੰਦਰ ਸਿੰਘ ਕਿਉਂ ਨੀ ਬੋਲਿਆ? ਕੈਪਟਨ ਅਮਰਿੰਦਰ ਸਿੰਘ ਦੀਆਂ ਫਾਈਲਾਂ ਉਹਦੇ ਪੁੱਤ ਦੀਆਂ, ਉਹਦੀ ਵਾਈਫ ਦੀਆਂ, ਈਡੀ ਕੋਲ, ਸੀਬੀਆਈ ਕੋਲ। ਸੀਬੀਆਈ ਈਡੀ ਕਿਹਦੀ ਆ? ਭਾਜਪਾ ਦੀ, ਆਰਐਸਐਸ ਦੀ। ਤੇ ਫਿਰ ਉਹ ਆਰਐਸਐਸ ਤੋਂ ਬਾਹਰ ਕਿਵੇਂ ਹੋਇਆ? ਅੱਜ ਕੈਪਟਨ ਅਮਰਿੰਦਰ ਸਿੰਘ ਕਿਹਦੀ ਗੋਦੀ 'ਚ ਬੈਠਾ ਜਾ ਕੇ? ਆਰਐਸਐਸ ਦੇ 'ਚ। ਜੇ ਕਹਿ ਲਿਆ ਜਾਵੇ, ਤੁਸੀਂ ਸਵਾਲ ਕੀਤਾ ਵੀ ਜਿਹੜੀ ਕਾਂਗਰਸ ਦੀ ਸਰਕਾਰ ਸੀ ਉਹ ਵੀ ਆਰਐਸਐਸ ਦੀ, ਹੁਣ ਤੁਸੀਂ ਆਪੇ ਜਵਾਬ ਲੱਭ ਲਓ ਇਹ 'ਚੋਂ ਵੀ ਹੁਣ ਇਹ ਨਿੱਜੀ ਆਪਦੀ। ਕਹਿਣ ਦਾ ਮਤਲਬ ਇਹ ਆ, ਸਾਡੀ ਇੱਕ ਸੋਚ ਵੀ ਬਣ ਗਈ ਹੋਈ ਹੈ ਨਾ, ਬੱਚਾ ਗਿਰ ਗਿਆ ਕਹਿ ਦਿੰਦੇ ਕੀੜੀ ਦਾ ਆਟਾ ਡੁੱਲ ਗਿਆ, ਦੋਸ਼ ਕੀੜੀ ਨੂੰ। ਛੋਟੇ ਹੁੰਦੇ ਤੋਂ ਜਿਹੜੀ ਸੋਚ ਡਿਵੈਲਪ ਹੁੰਦੀ ਆ, ਅਸੀਂ ਇੱਕ ਇੱਕ ਟਾਰਗੇਟ ਬਣਾ ਲੈਂਦੇ ਵੀ ਇਹਦੀ ਉਹ ਜਿਹੜੀ ਕਸੂਰ ਆ, ਜੇ ਮੇਰੇ ਨਾਲ ਕੁਛ ਹੋਇਆ ਤਾਂ ਇਹਨੇ ਕੀਤਾ। ਤਾਂ ਆਰਐਸਐਸ ਜੀ ਉਹ ਤਾਂ ਨਹੀਂ ਬਣਾ ਲਈ ਕਿ ਜੇ ਕੁਛ ਵੀ ਹੋ ਗਿਆ ਦੋਸ਼ ਆਰਐਸਐਸ ਨੂੰ ਹੀ ਦੇਣਾ। ਸਿੱਖਾਂ ਦੇ ਦਿਮਾਗ ਕਿੱਥੇ ਗਏ? ਜਿਨ੍ਹਾਂ ਦੇ ਦਾੜੀਆਂ ਸਿਰਾਂ ਤੇ ਪੱਗਾਂ ਉਹ ਕਿੱਥੇ ਗਏ? ਮੈਂ ਤੁਹਾਡੀ ਉਹ ਕਹਾਵਤ ਦਰੁਸਤ ਕਰਾਂ ਪਹਿਲਾਂ, ਉਹ ਦੋਸ਼ ਨਹੀਂ ਲਾਉਂਦੇ ਹੁੰਦੇ ਕੀੜੀ ਦਾ ਆਟਾ ਡੁੱਲ ਗਿਆ, ਉਹ ਬੱਚੇ ਰੋਂਦੇ ਦਾ ਧਿਆਨ ਹਟਾਉਣ ਲਈ ਕਿ ਇੱਥੇ ਕੀੜੀ ਦਾ ਆਟਾ ਡੁੱਲਿਆ, ਤੇਰਾ ਤਾਂ ਕੋਈ ਨੁਕਸਾਨ ਨਹੀਂ ਹੋਇਆ ਪੁੱਤ, ਤੂੰ ਤਾਂ ਜਸ ਡਿੱਗਿਆ ਹੀ ਆ, ਕੀੜੀ ਦਾ ਆਟਾ ਡੁੱਲਿਆ। ਉਹ ਸਿਰਫ ਬੱਚੇ ਨੂੰ ਇੱਕ ਰੋਂਦਿਆਂ ਨੂੰ ਚੁੱਪ ਕਰਾਉਣ ਦੀ ਗੱਲ ਆ, ਇਹ ਇਲਜ਼ਾਮ ਨਹੀਂ, ਇਹ ਅਸਲੀਅਤ ਆ ਜਿਹੜੀ ਆਪਾਂ ਅੱਜ ਗੱਲ ਕਰਦੇ ਹਾਂ ਨਾ, ਇਹ ਅਸਲੀਅਤ ਆ। ਜੇ ਕੋਈ ਸਾਡਾ ਪੁੱਤ ਪੰਜਾਬ ਦਾ ਪੰਥ ਦੀ ਬਾਤ ਪਾਉਂਦਾ, ਸਿੱਖੀ ਦੀ ਗੱਲ ਕਰਦਾ, ਜਵਾਨੀ ਨੂੰ ਜਗਾਉਂਦਾ, ਰਾਹ ਦਿਖਾਉਂਦਾ, ਉਹਦੇ ਖਿਲਾਫ ਆਰਐਸਐਸ, ਬੀਜੇਪੀ, ਸੀਬੀਆਈ, ਈਡੀ ਦੀ ਦੁਰਵਰਤੋਂ ਕਰਕੇ ਉਹਨਾਂ ਨੂੰ ਜਾਂ ਤਾਂ ਅੰਦਰ ਦਾ ਰਸਤਾ ਦਿਖਾਉਂਦੇ ਜਾਂ ਉਹਨੂੰ ਸੰਸਾਰ ਤੋਂ ਤੋਰ ਦਿੰਦੇ ਆ। ਸੋ ਇਹ ਗੱਲ ਸਾਨੂੰ ਸਮਝਣ ਦੀ ਲੋੜ ਆ, ਮੇਰਾ ਪੂਰਾ ਇਲਜ਼ਾਮ ਨਹੀਂ, ਇਹ ਅਸੀਂ ਸਵੇ ਪੜਚੋਲ ਕਰਦੇ ਹਾਂ। ਤੁਸੀਂ ਪੜ੍ਹੇ ਲਿਖੇ ਨੌਜਵਾਨ ਹੋ, ਪੰਜਾਬ ਦੇ ਪੁੱਤ ਹੋ, ਤੁਹਾਡੇ ਵਰਗੇ ਭਰਾਵਾਂ ਤੋਂ ਸਾਨੂੰ ਬਹੁਤ ਉਮੀਦ ਆ। ਜਦੋਂ ਇੱਕ ਵੱਡੇ ਹਾਊਸ ਅੱਜ ਦੀ ਡੇਟ ਦੇ ਵਿੱਚ ਜਿਹੜੇ ਵੱਡੇ ਹਾਊਸ ਮੀਡੀਆ ਦੇ ਜਿਹੜੇ ਵਕਾਊ ਹੋ ਗਏ ਆ, ਤੇ ਤੁਸੀਂ ਲੋਕ ਹੋ ਜਿਹੜੇ ਪੰਜਾਬ ਦੀ ਬਾਤ ਪਾਉਂਦੇ ਹੋ, ਤੁਹਾਡੇ ਤੋਂ ਉਮੀਦ ਬਹੁਤ ਆ ਸਾਨੂੰ। ਸੋ ਤੁਸੀਂ ਸਵੇ ਪੜਚੋਲ ਕਰਕੇ ਇਹ ਚੀਜ਼ਾਂ ਨੂੰ ਸਾਹਮਣੇ ਲੈ ਕੇ ਆਓ। ਜੇ ਤੁਸੀਂ ਪੰਜਾਬ ਲਈ ਖੜੇ ਹੋ ਨਾ, ਤੁਸੀਂ ਵਿਕੇ ਨੇ, ਤੁਸੀਂ ਟਿਕੇ ਹੋ, ਤੇ ਇਹ ਵੀ ਗੁਰੂ ਦੀ ਬਖਸ਼ਿਸ਼ ਆ। ਤੁਸੀਂ ਆ ਪੰਜਾਬ ਨੂੰ ਪਿਆਰ ਕਰਦੇ ਹੋ, ਸਾਰੇ ਤੁਹਾਡੇ ਵਰਗੇ ਥੋੜੀ ਆ। ਜੇ ਵਕਾਊ ਨਾ ਹੁੰਦੇ ਤਾਂ ਤੁਹਾਡੀ ਵੀ ਇੱਜ਼ਤ ਮਾਣ ਕਿਹਨੇ ਕਰਨਾ ਸੀ? ਪਾਰਟੀਆਂ ਮਾੜੀਆਂ ਨਹੀਂ ਹੁੰਦੀਆਂ, ਤੁਸੀਂ ਕਿਹਾ ਪਾਰਟੀਆਂ 'ਚ ਲੋਕ ਮਾੜੇ ਹੁੰਦੇ ਆ, ਫਿਰ ਪਾਰਟੀ ਜਦੋਂ ਆਮ ਆਦਮੀ ਪਾਰਟੀ ਦੀ ਗੱਲ ਹੁੰਦੀ ਹੈ, ਉਹ ਵੀ ਪਾਰਟੀ ਮਾੜੀ ਨਹੀਂ ਹੈ, ਲੋਕ ਮਾੜੇ ਆ, ਸਾਰਿਆਂ ਤੇ ਟੁੱਕਦੀ ਹੈ ਗੱਲ। ਦੇਖੋ ਮੈਂ ਅਕਾਲੀ ਦਲ ਦੀ ਗੱਲ ਕਰਦਾ ਰਿਹਾ ਪਹਿਲਾਂ, ਉਹਦੇ 'ਚ ਚੰਗੇ ਲੋਕ ਸੀ, ਸੰਤ ਫਤਿਹ ਸਿੰਘ ਹੋਰੀ, ਸਰਦਾਰ ਕਪੂਰ ਸਿੰਘ ਵਰਗੇ ਚੰਗੇ ਘੈਂਟ ਲੋਕ ਹੋਏ ਆ, ਤੇ ਅੱਜ ਜਿਨ੍ਹਾਂ ਦੇ ਹੱਥ 'ਚ ਵਾਗਡੋਰ ਆ ਗਈ ਸੀ, ਬਾਦਲਾਂ ਦਾ ਲਾਣਾ, ਚੋਰਾਂ, ਸਮਗਲਾਂ, ਡਕੈਤਾਂ, ਬਲੈਕੀਆਂ ਦੀ ਪਾਰਟੀ ਬਣ ਗਈ, ਤੇ ਪਾਰਟੀ ਤਾਂ ਨਹੀਂ ਮਾੜੀ ਸੀ ਨਾ, ਪਾਰਟੀ ਤਾਂ ਚੰਗੇ ਲੋਕ ਸੀਗੇ। ਹੁਣ ਜੇ ਕੋਈ ਪਾਰਟੀ ਮਾੜੀ ਨਹੀਂ ਹੁੰਦੀ, ਹੁਣ ਤੁਸੀਂ ਤਾਂ ਰਾਜਨੀਤੀ ਤਾਂ ਕਰਨੀ ਹੋ ਅੱਗੇ, ਕਰਨੀ ਹੈ ਜਾਂ ਨਹੀਂ? ਹਾਂ ਕਰਨ ਕਰੀ ਰਹੇ, ਕਿੱਧਰ ਦਾ ਰੁੱਖ ਆ ਫਿਰ ਅੱਗੇ? ਬਾਬੇ ਨਾਨਕ ਵਾਲੀ ਪਾਰਟੀ ਆ ਸਾਡੀ ਪਾਰਟੀ, ਗੁਰੂ ਨਾਨਕ ਪਾਤਸ਼ਾਹ, ਬਾਬੇ ਨਾਨਕ ਵਾਲੀ ਅਕਾਲੀ ਵੀ ਕਹਿੰਦੇ ਤੇਰਾ ਤੇਰਾ ਤੱਕੜੀ ਆ ਸਾਡਾ, ਉਹ ਤਾਂ ਨਹੀਂ ਕਿਤੇ? ਉਹ ਤਾਂ ਸਾਹਮਣੇ ਆ ਗਈ ਨਾ, ਉਹਨਾਂ ਦੇ ਰਾਜ 'ਚ ਤਾਂ ਬੇਅਦਬੀ ਹੋਈ ਆ। ਤੁਸੀਂ ਇਹ ਤਾਂ ਦੇਖੋ, ਜਿਹੜੇ ਗੁਰੂ ਨਾਨਕ ਦੇ ਨਾਂ ਤੇ ਵੋਟਾਂ ਲਈਏ, ਪੰਥ ਦੇ ਨਾਂ ਤੇ ਵੋਟਾਂ ਲਈਏ, ਫਖਰੇ ਕੌਮ ਬਣ ਗਏ, ਉਹਨਾਂ ਦੇ ਰਾਜ 'ਚ ਗੁਰੂ ਸਾਹਿਬ ਦੀ ਬੇਅਦਬੀ ਹੋਊਗੀ? ਬੇਅਦਬੀ ਦਾ ਇਨਸਾਫ ਮੰਗਦਿਆਂ ਸੰਗਤਾਂ ਦੇ ਗੋਲੀਆਂ ਚਲਾਤੀਆਂ, ਅਸੀਂ ਉਹ ਅਸੀਂ ਅੰਦਰ ਵਸਾਇਆ ਹੋਇਆ ਗੁਰੂ ਨਾਨਕ, ਅਸੀਂ ਉਹਨਾਂ ਵਾਂਗੂ ਗੁਰੂ ਨਾਨਕ ਦਾ ਨਾਂ ਨਹੀਂ ਵਰਤਣਾ। ਬਾਬੇ ਨਾਨਕ ਵਾਲੀ ਪਾਰਟੀ 'ਚ ਸਿਰ ਦੇਣੇ ਪੈਂਦੇ ਆ ਫਿਰ, ਤਿਆਰੀ ਹੈ ਤੁਹਾਡੀ? ਪਰਵਾਹ ਨਾ ਹੀ ਕਿਸੇ ਕੇਰੀ ਬਾਅਦ ਸੱਚੇ ਨਾ, ਇੱਕ ਉਹਦੀ ਪਰਵਾਹ ਹੈ, ਸਿਰ ਲੈ ਲਵੇ ਤਾਂ ਉਦੋਂ ਹੋਰ ਚਾਹੀਦਾ ਕੀ ਆ? ਸ਼ੁਕਰ ਮਨਾਵਾਂਗੇ ਕਿ ਸਾਨੂੰ ਚੁਣਿਆ ਸੱਚੇ ਪਾਤਸ਼ਾਹ ਨੇ ਸਿਰ ਲੈਣ ਲਈ। ਰਾਜਨੀਤੀ ਦੇ ਵਾਅਦਿਆਂ ਵਰਗਾ ਤਾਂ ਨਹੀਂ ਇਹ ਵਾਅਦਾ? ਜੇ ਰਾਜਨੀਤੀ ਦੇ ਵਾਅਦਿਆਂ ਵਰਗਾ, ਜੇ ਮੈਂ ਰਾਜਨੀਤਿਕ ਹੁੰਦਾ ਤਾਂ ਮੈਂ ਕੈਪਟਨ ਨਾਲ ਬੈਠ ਕੇ ਬਾਹਵਾ ਚਿਰ ਗੋਡੇ ਗੁੱਡੇ ਲਾ ਕੇ ਨਾਲ, ਤੇ ਕਾਫੀ ਕੁਛ ਖੱਟ ਲੈਣਾ ਸੀ ਦੁਨਿਆਵੀ ਤੌਰ ਤੇ, ਤੇ ਜਿਹੜਾ ਪੰਥ ਦਾ ਪ੍ਰੇਮ ਆ, ਪਿਆਰ ਆ, ਨੌਜਵਾਨਾਂ ਦਾ ਪਿਆਰ ਆ, ਇਹ ਨਹੀਂ ਸੀ ਮਿਲਣਾ। ਸੋ ਇਹਦੀ ਲੋੜ ਆ। ਉਹਦੇ ਤਾਂ ਪੰਜ ਵਾਰ ਬਾਦਲ ਮੁੱਖ ਮੰਤਰੀ ਬਣਿਆ, ਅੱਜ ਕਿੰਨੀ ਕਿੱਜ ਤੇ ਕਦਰ ਆ ਇਸ ਪਿੰਡ 'ਚ? ਇਸ ਪਿੰਡ 'ਚ ਜਾ ਕੇ ਪੁੱਛ ਲਓ ਲੋਕਾਂ ਨੂੰ, ਆ ਬਹਿਬਲ ਕਲਾਂ ਪਿੰਡ ਖੜੇ ਆਪਾਂ, ਇੱਥੇ ਪੁੱਛ ਲਓ ਜਾ ਕੇ ਵੀ ਪੰਜ ਵਾਰ ਦਾ ਬਣਿਆ ਮੁੱਖ ਮੰਤਰੀ ਕਿੰਨਾ ਕੁ ਚੰਗਾ ਸੰਬੰਧ। ਸੋ ਅਹੁਦਿਆਂ ਨਾਲ ਜਾਂ ਉਮਰਾਂ ਨਾਲ ਮਾਨ ਸਨਮਾਨ ਨਹੀਂ ਹੁੰਦੇ, ਤੁਹਾਡਾ ਵਿਚਾਰ, ਤੁਹਾਡੇ ਅੰਦਰ ਜਜ਼ਬਾ ਕੀ ਆ? ਹੁਣ 5 ਤੇ 7 ਤੇ 9 ਸਾਲ ਦੇ ਯੋਧੇ ਸੀ ਬਾਬਾ ਜੋਰਾਵਰ ਸਿੰਘ, ਬਾਬਾ ਫਤਿਹ ਸਿੰਘ, ਉਮਰਾਂ ਤਾਂ ਨਹੀਂ ਵੱਡੀਆਂ ਸੀ, ਵਿਚਾਰ ਵੱਡੇ ਸੀ, ਜਜ਼ਬਾ ਵੱਡਾ ਸੀ। ਸੋ ਜਜ਼ਬੇ ਦੇ ਤੇ ਵਿਚਾਰ ਦੀ ਕਦਰ ਹੋਣੀ ਚਾਹੀਦੀ ਹੈ। ਅੱਜ ਕੀ ਵਿਚਾਰ ਲੈ ਕੇ ਆਏ ਹੋ ਇੱਥੇ? ਹੁਣ ਆਖਰੀ ਸਵਾਲ ਮੇਰਾ, ਆਪਾਂ ਸੁਣਾਵਾਂਗੇ ਗੁਰੂ ਸਾਹਿਬ ਦੀ ਹਾਜ਼ਰੀ 'ਚ, ਮੈਂ ਕੁਛ ਸੋਚ ਕੇ ਪੜ੍ਹ ਕੇ ਲਿਖ ਕੇ ਨਹੀਂ ਲਿਆਉਂਦਾ, ਜੋ ਗੁਰੂ ਸਾਹਿਬ ਜਿਉਂ ਬੁਲਾਵਾ ਤੇ ਉਹ ਨਾਨਕ ਦਾਸ ਬੋਲੇ, ਜੋ ਗੁਰੂ ਸਾਹਿਬ ਬੁਲਾਉਣਗੇ ਆਪਾਂ ਬੋਲਦੇ। ਸੋ ਸਾਡੇ ਨਾਲ ਸੀ ਕਮਲਜੀਤ ਸਿੰਘ ਬਰਾੜ, ਜਿਹੜੇ ਕਿ ਪਹਿਲਾਂ ਵੀ ਮੋਰਚਿਆਂ ਦੇ ਵਿੱਚ ਸ਼ਾਮਿਲ ਹੁੰਦੇ ਰਹਿੰਦੇ ਆ, ਤੇ ਉਹਨਾਂ ਦਾ ਖਮਿਆਜ਼ਾ ਵੀ ਭੁਗਤਣਾ ਪਿਆ, ਕਾਂਗਰਸ ਦੇ ਵਿੱਚੋਂ ਬਾਹਰ ਦਾ ਜਿਹੜਾ ਰਸਤਾ ਹੈਗਾ ਉਹ ਵੀ ਇਹਨਾਂ ਨੂੰ ਦਿਖਾਇਆ ਗਿਆ ਇਸੇ ਦੇ ਚੱਲਦੇ, ਕਿਉਂਕਿ ਇਲਜ਼ਾਮ ਇਹ ਸੀ
ਇਹਨਾਂ ਵੱਲੋਂ ਵੀ ਕਿਹਾ ਗਿਆ ਕਿ ਮੈਂ ਸ਼ਾਮਿਲ ਹੁੰਦਾ ਸੀ ਉਹਨਾਂ ਮੋਰਚਿਆਂ ਦੇ ਵਿੱਚ ਜਾ ਕੇ ਜਿਸਦੇ ਚੱਲਦਿਆਂ ਮੈਨੂੰ ਪਾਰਟੀ ਦੇ ਵਿੱਚੋਂ ਬਾਹਰ ਕੀਤਾ ਗਿਆ। ਸੋ ਅੱਜ ਫਿਰ ਉਸੇ ਤਰ੍ਹਾਂ ਜਿਸ ਤਰ੍ਹਾਂ ਪਹਿਲਾਂ ਸ਼ਾਮਿਲ ਹੁੰਦੇ ਸੀ ਅੱਜ ਇਸ ਇਨਸਾਫ ਮੋਰਚੇ ਦੇ ਵਿੱਚ ਪਹੁੰਚੇ ਆ। ਸੋ ਗੱਲਾਂ ਵੀ ਬਹੁਤ ਜਿਹੜੀਆਂ ਵੱਡੀਆਂ ਕੀਤੀਆਂ ਗਈਆਂ ਕਿ ਗੁਰੂ ਨਾਨਕ ਦੀ ਪਾਰਟੀ ਦੇ ਵਿੱਚ ਅਸੀਂ, ਪਰ ਗੁਰੂ ਨਾਨਕ ਦੀ ਪਾਰਟੀ ਜਿਹੜੀ ਜਿਸ ਦੇ ਵਿੱਚ ਸ਼ਾਮਿਲ ਹੋਣਾ ਤਾਂ ਸੀਸ ਭੇਟ ਕਰਨਾ ਪੈਂਦਾ। ਦਾਅਵੇ ਵੱਡੇ ਆ ਪਰ ਦਾਅਵੇ ਸੱਚੇ ਹੋਣਗੇ ਜਾਂ ਦਾਅਵੇ ਖੋਖਲੇ ਹੋਣਗੇ ਇਹ ਤੈਅ ਸਮਾਂ ਹੀ ਕਰੇਗਾ। ਸਤਨਾਮ ਸਿੰਘ, ਪੰਜਾਬੀ ਲੋਕ ਚੈਨਲ, ਬਹਿਬਲ ਕਲਾਂ।